ਸਪਨਾ ਦਾ ਇੱਕ ਹੀ ਸੁਪਨਾ ਸੀ ਡਾਕਟਰ ਬਣਨ ਦਾ। ਉਹ ਆਪਣਾ ਸਪਨਾ ਪੂਰਾ ਕਰਨ ਲਈ ਤਨ ਮਨ ਨਾਲ ਜੁੱਟ ਗਈ ਸੀ। ਉਹ ਸਾਰਾ ਦਿਨ ਮਿਹਨਤ ਕਰਦੀ। ਸਪਨਾ ਦਾ ਰਿਜ਼ਲਟ ਆਇਆ ਤਾਂ ਉਸਦਾ ਸਿਲੈਕਸ਼ਨ ਨਾ ਹੋਇਆ, ਪਰ ਉਸ ਤੋਂ ਘੱਟ ਨੰਬਰਾਂ ਵਾਲੀ ਐਸੀ ਕੁੜੀ ਦਾ ਸਿਲੈਕਸ਼ਨ ਹੋ ਗਿਆ। ਉਹ ਬਹੁਤ ਉਦਾਸ ਹੋ ਗਈ। ਸਪਨਾ ਦੀ ਮਾਂ ਮਨਜੋਤ ਤੋਂ ਸਪਨਾ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਸਪਨਾ ਬੇਟਾ, ਕੁਝ ਤਾਂ ਖਾ ਲਵੋ। ਸਪਨਾ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਮਨਜੋਤ ਨੇ ਸਪਨਾ ਨਾਲ ਗੱਲ ਕਰਦੇ ਹੋਏ ਕਿਹਾ, ਸਪਨਾ ਪੁੱਤ, ਤੇਰੇ ਅੰਕਲ ਦੇ ਬੇਟੇ ਦੀ IAS ਅਫਸਰ ਦੀ ਪੋਸਟਿੰਗ ਹੋ ਗਈ ਹੈ। ਸਪਨਾ ਇੱਕਦਮ ਉਛਲੀ ਅਤੇ ਖੁਸ਼ ਹੁੰਦੇ ਹੋਏ ਬੋਲੀ, ਸੱਚੀ ਮਾਂ, ਅੰਕੁਰ ਜੀ ਦਾ ਸਿਲੈਕਸ਼ਨ ਹੋ ਗਿਆ? ਉਸਦਾ ਪਿਛਲੇ ਸਾਲ IAS ਦਾ ਟੈਸਟ ਕਲੀਅਰ ਹੋ ਗਿਆ ਸੀ, ਪਰ ਐਸੀ ਕੁੜੀ ਦੇ ਘੱਟ ਨੰਬਰ ਹੋਣ 'ਤੇ ਉਸ ਕੁੜੀ ਦਾ ਸਿਲੈਕਸ਼ਨ ਹੋ ਗਿਆ ਸੀ। ਮਾਂ ਨੇ ਕਿਹਾ, ਉਹ ਵੀ ਤੇਰੇ ਵਾਂਗ ਉਦਾਸ ਹੋ ਗਿਆ ਸੀ। ਉਹ ਜਲਦੀ ਸੰਭਲ ਗਿਆ। ਉਸਨੇ ਪਹਿਲਾਂ ਤੋਂ ਵੀ ਖੂਬ ਮਿਹਨਤ ਕੀਤੀ ਸੀ। ਮੰਮੀ ਜੀ, ਉਸਨੂੰ ਤਾਂ ਅੰਦਰ ਆਤਾ ਹੈ, ਸ਼ਾਮ ਤੋਂ ਬਾਅਦ ਘੱਟ ਦਿਖਾਈ ਦਿੰਦਾ ਹੈ, ਫਿਰ ਵੀ ਕਮਾਲ ਹੈ। ਘੱਟ ਸਮੇਂ ਵਿੱਚ ਵੀ ਉਸਨੇ ਆਪਣੀ ਅਰੋਗਤਾ ਨੂੰ ਆੜੇ ਨਹੀਂ ਆਣ ਦਿੱਤਾ। ਸਪਨਾ ਨੇ ਕਿਹਾ, ਮੈਂ ਵੀ ਸਭ ਕੁਝ ਸਮਝ ਗਈ ਹਾਂ। ਉਸਨੇ ਦੁਬਾਰਾ ਅੰਕੁਰਜੀਤ ਵਾਂਗ ਮਿਹਨਤ ਕਰਕੇ ਡਾਕਟਰ ਬਣਨ ਲਈ ਕਮਰ ਕੱਸ ਲਈ। ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਅਜਿਹੀਆਂ ਕਹਾਣੀਆਂ ਅਤੇ ਵਿਚਾਰਾਂ ਲਈ ਸਾਡਾ ਚੈਨਲ ਪੰਜਾਬੀ ਸਟੋਰੀਜ਼ ਸਬਸਕ੍ਰਾਈਬ ਕਰੋ। ਧੰਨਵਾਦ।